वाहेगुरु जी का खालसा, वाहेगुरु जी की फतेह। अस्सलाम वालेकुम, अदाब, बर्स। मैं हां ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸਤਿ ਸ੍ਰੀ ਅਕਾਲ। ਮਾਤਾ ਮੁੰਡੀ ਸਿੰਘ ਜੀ ਸਾਡੇ ਨਾਲ ਜੁੜਨ ਤਰ੍ਹਾਂ ਸਕਾਈਪ ਰਾਈਂ ਮੌਜੂਦ ਤੇ ਆਓ ਉਹਨਾਂ ਨਾਲ ਗੱਲ ਬਾਤ ਕਰਦੇ ਹਾਂ ਜੀ। ਐਸਸੀ ਉੱਪਰ ਉਹਨਾਂ ਦੀ ਉਹਨਾਂ ਦਾ ਤਬਸਰਾ ਜਾਣਦੇ ਆ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਆਪਾਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਡੇਟ ਹੈ ਉਹ ਡਿਸਕਸ ਕਰਦੇ ਹਾਂ ਕਿ ਅੱਜ 25 ਜੂਨ 2020 11 ਹਾਰਡ ਨਾਨਕਸ਼ਾਹੀ ਸਮਤ 552 ਦਾ ਦਿਨ ਹੈ। ਤੇ ਰਸਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੰਦਾਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਜਿਨ ਕੇਬਲ, ਬਲਫਾਪ ਕੇਲਿਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 hours ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਹੁੰਦੇ ਨੇ ਅਸੀਂ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਕਿਸ ਟੌਪਿਕ ਤੇ ਗੱਲ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ ਤੇ ਨੇਪਾਲ ਦੇ ਵਿਰੋਧ ਤੋਂ ਬਾਅਦ ਹੁਣ ਸਾਊਥ ਏਸ਼ੀਆ ਵਿੱਚ ਭਾਰਤ ਦਾ ਇੱਕੋ ਇੱਕ ਹਮਾਇਤੀ ਦੇਸ਼ ਭੂਟਾਨ ਵੀ ਭਾਰਤ ਦੇ ਖਿਲਾਫ ਖਲੋ ਗਿਆ ਜਾਪਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨੇਪਾਲ ਨੇ ਭੂਟਾਨ ਤੋਂ ਆਸਾਮ ਜਾਣ ਵਾਲਾ ਜੋ ਪਾਣੀ ਦਾ ਚੈਨਲ ਹੈ ਹੁਣ ਬੰਦ ਕਰ ਦਿੱਤਾ ਹੈ, ਜਿਸ ਨਾਲ ਆਸਾਮ ਦੇ 26 ਪਿੰਡਾਂ ਦੇ 6000 ਤੋਂ ਜ਼ਿਆਦਾ ਜੋ ਕਿਸਾਨ ਨੇ ਉਹ ਪ੍ਰਭਾਵਿਤ ਹੋਏ ਨੇ। ਚੀਨ ਵੱਲੋਂ ਭਾਰਤ ਨੂੰ ਇੱਕ ਵਾਰ ਫਿਰ ਸਖ਼ਤ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਉਹ ਆਪਣੀ ਦਿਲਵਦੀ ਤੋਂ ਬਾਜ ਨਾ ਆਇਆ ਤਾਂ ਉਸ ਨੂੰ ਇਸ ਦੇ ਜੋ ਭਿਆਨਕ ਨਤੀਜੇ ਨੇ ਉਹ ਭੁਗਤਣੇ ਪੈਣਗੇ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਐਂਡ ਨਾਲ ਹੀ ਆਪਾਂ ਜੋ ਕੋਰੋਨਾ ਅਪਡੇਟ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਤੋਂ ਠੀਕ 45 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਲਗਾਈ ਸੀ। ਇਹ ਐਮਰਜੈਂਸੀ ਦੌਰਾਨ ਸਿੱਖ ਕੌਮ ਦਾ ਕੀ ਰੋਲ ਸੀ ਅਤੇ RSS ਨੇ ਕਿਵੇਂ ਲੀਲੜੀਆਂ ਕੱਢੀਆਂ ਸੀ, ਇਸ ਸੈਗਮੈਂਟ ਦੇ ਵਿੱਚ ਇਸ ਬਾਰੇ ਆਪਾਂ ਵੇਰਵੇ ਨਾਲ ਜਾਣਾਂਗੇ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਗੇ ਉਹਨਾਂ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਅਮਰੀਕਾ ਵੱਲੋਂ ਪਾਕਿਸਤਾਨ ਨਾਲ ਕੀਤੀ ਬੇਵਫਾਈ ਦੀ ਕਹਾਣੀ ਬਿਆਨ ਕਰਦਿਆਂ ਉਸਾਮਾ ਬਿਨ ਲਾਦਨ ਲਈ ਸ਼ਹੀਦ ਲਫ਼ਜ਼ ਦਾ ਇਸਤੇਮਾਲ ਕੀਤਾ। ਇਸ ਦੇ ਭਾਰਤੀ ਮੀਡੀਆ ਵਿੱਚ ਬੜਾ ਬਵਾਲ ਮਚਿਆ ਹੋਇਆ ਹੈ, ਇਸ ਬਾਰੇ ਗੱਲਬਾਤ ਹੋਏਗੀ। ਜਿਸ ਤਰ੍ਹਾਂ ਕਿ ਆਪਾਂ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਕਿ ਟੀਵੀ 84 ਦਾ ਜੋ ਪ੍ਰੋਗਰਾਮ ਹੈ ਉਸਦਾ ਜੋ ਫਾਰਮੈਟ ਹੈ ਉਸ ਸੰਬੰਧੀ ਆਪਣੇ ਦਰਸ਼ਕਾਂ ਤੋਂ ਰਾਏ ਮੰਗੀ ਸੀ। ਇਸ ਦੇ ਉੱਪਰ ਸਾਨੂੰ ਕਾਫੀ ਸਾਰੇ ਕਮੈਂਟਸ ਨੇ, ਮੈਸੇਜ ਨੇ, ਲਿਖਤਾਂ ਵਸੂਲ ਹੋਈਆਂ ਨੇ, ਉਹ ਉਹਨਾਂ ਵਿੱਚੋਂ ਆਪਾਂ ਕੁਝ ਨੂੰ ਤੁਹਾਨੂੰ ਸਾਂਝੀਆਂ ਕਰਾਂਗੇ। ਸੋ ਇਸ ਤੋਂ ਬਾਅਦ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਨੂੰ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਅਹਿਮ ਮੁੱਦਿਆਂ ਉੱਪਰ? ਦੇਖੋ, ਕੱਲ ਦਾ ਸਾਡਾ ਪਹਿਲਾ ਸੈਗਮੈਂਟ ਜਿਸ ਦੇ ਵਿੱਚ ਅਸੀਂ ਟੀਵੀ 84 ਨਾਲ ਸੰਬੰਧਿਤ ਫਾਰਮੈਟ ਬਾਰੇ ਆਪਣੇ ਵਿਊਅਰਸ ਦੀ ਰਾਏ ਮੰਗੀ ਸੀ, ਸਾਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਪ੍ਰੋਗਰਾਮ ਖਤਮ ਹੁੰਦਿਆਂ ਹੀ ਬਹੁਤ ਸਾਰੀਆਂ ਪਰਸਨਲ ਕਾਲਾਂ ਵੀ ਆਈਆਂ। ਅੱਜ ਸਵੇਰ ਦੇ ਵੀ ਜਿਹੜੇ ਸਾਡੇ ਖਾਸ ਤੌਰ ਤੇ ਪਰਸਨਲ ਵੈਲਵਿਸ਼ਰ ਨੇ, ਭਾਈ ਬਲਜਿੰਦਰ ਸਿੰਘ, ਭਾਈ ਸਤਪਾਲ ਸਿੰਘ ਪੁਰੇਵਾਲ, ਭਾਈ ਸੁਖਜਿੰਦਰ ਸਿੰਘ ਬਾਜਵਾ, ਉਹਨਾਂ ਸਾਰਿਆਂ ਨੇ ਚਿੰਤਾ ਦਾ ਇਜ਼ਹਾਰ ਕੀਤਾ ਕਿ ਸ਼ਾਇਦ ਅਸੀਂ ਬਹੁਤ ਉਦਾਸ ਹੋ ਗਏ। ਐਸੀ ਗੱਲ ਨਹੀਂ ਹੈ, ਵਕਤ ਦੇ ਨਾਲ ਇਹ ਇੱਕ ਜ਼ਰੂਰੀ ਵੀ ਹੁੰਦਾ ਹੈ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਜੋ ਤੁਸੀਂ ਕਰ ਰਹੇ ਹੋ ਉਸ ਦਾ ਕਿੰਨਾ ਕੁ ਫਰੂਟ ਜਿਹੜਾ ਉਹ ਸਾਹਮਣੇ ਹੈ, ਜਾਂ ਉਸ ਦੀ ਪ੍ਰੋਡਕਟਿਵਿਟੀ ਜਿਹੜੀ ਹੈ, ਜਾਂ ਉਸਦਾ
उस चो असी की कढ़ पा रहे हैं। लेकिन मैं सब का शुक्रिया अदा करते हैं कि सैकड़िया की गिणती साडे व्यूअर्स दे मैसेजेस जेडे वो फेसबुक ते होन, यूट्यूब ते होन और अदरवाइज होन साडे लिखत, उन्हां जो असी कुछ चोणवे चौथे सैगमेंट दे विच डिस्कस करांगे। पर असी ये भी कहना चाहते हैं कि भाई असी किते नहीं चले जदों तक तुहाडा प्यार और सहयोग रहेगा, और नाल दी नाल क्योंकि कल वाले च मैं सिर्फ फॉरमैट नाल रिलेटेड जां जो चैलेंजेस ने उन्हां दी गल कीती सी, लेकिन इस वेले एक वड्डा फाइनेंशियल क्रंच भी जिहड़ा उह मूंह अड़ के खलोता है, क्योंकि पिछले 3-4 महीने तो जिहड़ा असी घरों ही प्रोग्राम कर रहे हैं। सो जिहड़े बाकी सारे स्टूडियो दे नाल जुड़े हुए रेंट पेमेंट्स दूजियां तीजियां ने वह सारा मीटर तक घूम रहे। सो असी ये भी जिहड़ा अपील करते हैं पुरजोर, हालां तुसीं रोज कहिंदे भी हो कि भाई अल्टीमेटली कोई भी गल जिहड़ी है वो तुहाडे रिसोर्सिज नाल जुड़ी हुंदी है, तुहाडा प्यार साडे लई अणमुल है, उस नूं किसी छाबे च पा के तोलिया नहीं जा सकदा। लेकिन जदों असी सरवाइव करना है जिन्हां हकूमतां दे नाल जिहड़ियां बिलकुल बाहर भी इंटरफियर कर रही ने साडे मामलियां च कौम दे, और उस तों असी अंदाजा ला सकते हैं कि ना असी कोई एडवरटाइजमेंट ते काउंट कर सकते हैं ਜਿਹੜੇ ਪਬਲਿਕ ਫੰਕਸ਼ਨਸ, ਕੋਈ ਸੈਮੀਨਾਰ, ਕੋਈ ਪੈਰੇਡਸ ਜਾਂ ਕੋਈ ਅਦਰ ਵੇ ਸੀ ਜਿਹੜਾ ਥੋੜਾ ਬਹੁਤ ਕੁਛ ਨਾ ਕੁਛ ਰੈਵਨਿਊ ਜਨਰੇਟ ਕਰਦਾ ਸੀ, ਉਹ ਵੀ ਬੰਦ ਨੇ। ਔਰ ਕੋਈ ਹੋਪ ਨਹੀਂ ਹੈ ਕਿ 2020 ਐਂਡ ਤੱਕ ਵੀ ਉਹ ਕੁਛ ਰਿਜ਼ਿਊਮ ਹੋਏ। ਸੋ ਅਸੀਂ ਇਹ ਜਿਹੜਾ ਅਪੀਲ ਕਰਦੇ ਹਾਂ ਕਿ ਵੀ ਸਾਡੇ ਵੈਲ ਵਿਸ਼ਰ, ਖਾਸ ਤੌਰ ਤੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ, ਯੂਰਪ ਦੇ ਵਿੱਚ ਨੇ ਜਾਂ ਹੋਰ ਕੰਟੀਨੈਂਟ, ਭਾਰਤ ਪਾਕਿਸਤਾਨ ਵਾਲੇ ਤਾਂ ਉੱਥੇ ਹੀ ਆਪਣੇ ਸੀਮਤ ਸਾਧਨਾਂ ਦੇ ਨਾਲ ਨੇ, ਉਹ ਸਾਨੂੰ ਆਪਣਾ ਪਿਆਰ ਹੀ ਭੇਜਦੇ ਰਹਿਣ। ਪਰ ਬਾਹਰ ਹਾਲਾਂ ਕ੍ਰਾਈਸਿਸ ਸਭ ਗੁਜ਼ਰ ਰਹੇ ਨੇ, ਕਈਆਂ ਦੀਆਂ ਜੌਬਸ ਗਈਆਂ, ਜਿਹੜਾ ਸਾਡਾ ਸਪੋਰਟ ਬੇਸ ਜਿਸ ਦੇ ਵਿੱਚ ਸਾਡੇ ਕਿਰਤੀ ਵੀਰ ਭੈਣਾਂ ਨੇ, ਉਹ ਭਾਵੇਂ ਟਰਾਂਸਪੋਰਟ ਦੇ ਕਿੱਤੇ 'ਚ ਹੋਣ, ਟੈਕਸੀਸ ਦੇ ਵਿੱਚ ਹੋਣ ਜਾਂ ਸਟੋਰਸ ਵਗੈਰਾ ਰਨ ਕਰਦੇ ਹੋਣ, ਸਾਰੇ ਹੀ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਨੇ। ਸੋ ਕਿਸੇ ਤੇ ਕੋਈ ਗਲਾ ਸ਼ਿਕਵਾ ਵੀ ਨਹੀਂ ਹੈ, ਲੇਕਿਨ ਅਲਟੀਮੇਟਲੀ ਜਿਹੜੀ ਸਰਵਾਈਵਲ ਹੈ ਉਹ ਫਾਈਨੈਂਸ਼ੀਅਲ ਰਿਸੋਰਸਿਸ ਦੇ ਨਾਲ ਹੋਏਗੀ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹਨਾਂ ਨੇ ਇਮੋਸ਼ਨਲ ਸਪੋਰਟ ਵੀ ਦਿੱਤੀ, ਔਰ ਉਸ ਦੇ ਨਾਲ ਨਾਲ ਜਿਹੜੇ ਤਾਰੀਫ ਦੇ ਉਹ ਪੁੱਲ ਬੰਨਦੇ ਨੇ। ਬਹੁਤ ਵਾਰ ਮੈਂ ਇਹ ਮਹਿਸੂਸ ਕਰਨ ਲੱਗ ਜਾਂਦਾ ਕਿ ਸਾਡੇ ਨਿਹੰਗ ਸਿੰਘਾਂ ਦੇ ਬੋਲਿਆਂ ਦੇ ਵਿੱਚ ਅੰਨੇ ਦੇ ਲਈ ਲਫ਼ਜ਼ ਸੂਰਮਾ ਹੈ, ਉਹਨੂੰ ਸੂਰਮਾ ਸਿੰਘ ਕਹਿੰਦੇ ਨੇ ਕਿ ਭਾਈ ਕਿੰਨਾ ਬਹਾਦਰ ਹੈ, ਔਰ ਇਸੇ ਲਈ ਜਿਹੜਾ ਕਾਣਾ ਹੁੰਦਾ ਹੈ ਉਹਨੂੰ ਲੱਖ ਨੇਤਰਾ ਕਹਿੰਦੇ ਨੇ, ਵੀ ਇਹਦੀ ਇੱਕੋ ਹੀ ਅੱਖ ਜਿਹੜੀ ਹੈ ਲੱਖਾਂ ਵਰਗੀ ਹੈ। ਸੋ ਤੁਹਾਡੀ ਨਵਾਜ਼ਿਸ਼ ਹੈ, ਤੁਸੀਂ ਵਡਿਆਉਂਦੇ ਹੋ, ਪਰ ਮੈਂ ਇਹ ਮਹਿਸੂਸ ਕਰਦਾ ਕਿ ਭਾਈ ਅਸੀਂ ਵੀ ਤਾਲਿਬੇ ਇਲਮ ਹੈ, ਤੁਹਾਡੇ ਤੋਂ ਵੀ ਅਸੀਂ ਬਹੁਤ ਕੁਛ ਸਿੱਖਦੇ ਹਾਂ, ਔਰ ਸਿੱਖ ਦਾ ਮਤਲਬ ਹੀ ਸੀਕਰ ਆਫ ਦਾ ਟਰੂਥ ਹੈ, ਲਰਨਰ ਹੈ, ਔਰ ਅਸੀਂ ਸਾਰੀ ਜ਼ਿੰਦਗੀ ਜਿਹੜਾ ਹੈ ਇਹ ਗਿਆਨ ਦਾ ਇੱਕ ਖਜ਼ਾਨਾ ਹੈ, ਸਮੁੰਦਰ ਹੈ। ਔਰ ਮੈਨੂੰ ਅਕਸਰ ਮੈਂ ਇਹ ਲਾਈਨ ਮੈਨੂੰ ਨਿਊਟਨ ਦੀ ਬਹੁਤ ਚੰਗੀ ਲੱਗਦੀ ਹੈ, ਜਿਹਨੇ ਨਿਊਟਨ ਇੱਕ ਬੜਾ ਵੱਡਾ ਚੇਂਜ ਲਿਆਉਣ ਵਾਲਾ, ਜਿਹੜੇ ਅੱਜ ਬਹੁਤ ਸਾਰੀਆਂ ਕਾਢਾਂ ਦੇ ਪਿੱਛੇ ਨਿਊਟਨ ਦੇ ਲਾ ਕੋਟ ਹੁੰਦੇ ਨੇ, ਤੇ ਉਹਨੂੰ ਜਦੋਂ ਕਿਸੇ ਨੇ ਕਿਹਾ ਕਿ ਵੀ ਤੂੰ ਤਾਂ ਸਾਰਾ ਕੁਛ ਬਦਲ ਦਿੱਤਾ ਹੈ, ਤੇਰਾ ਦਿਮਾਗ, ਤੇਰੀ ਸੋਚ, ਤੇਰੇ ਕਾਨੂੰਨ, ਲਾ ਜਿਹੜੇ ਨੇਚਰ ਨੂੰ ਸਮਝਣ ਦੇ ਨੇ, ਤੇ ਉਹਨੇ ਕਿਹਾ ਵੀ ਨਹੀਂ, ਇਹ ਜਿਹੜਾ ਗਿਆਨ ਹੈ ਇਹ ਬਹੁਤ ਵੱਡਾ ਸਮੁੰਦਰ ਹੈ, ਮੈਂ ਤਾਂ ਇਸ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਹੀ ਖੇਡ ਰਿਹਾ ਜੇ। ਸੋ ਮੈਂ ਸਮਝਦਾ ਵੀ ਅਸੀਂ ਤਾਂ ਸ਼ਾਇਦ ਰੇਤ ਦੇ ਵੀ ਨੇੜੇ ਤੇੜੇ ਨਹੀਂ ਹੈ, ਔਰ ਜੋ ਵੀ ਅਸੀਂ ਕਰ ਪਾਏ ਹੈ ਜਾਂ ਕਰ ਪਾਵਾਂਗੇ ਉਹਦੇ ਚ ਤੁਹਾਡਾ ਸਭ ਦਾ ਪਿਆਰ ਔਰ ਵਾਹਿਗੁਰੂ ਦੀ, ਰੱਬ ਦੀ ਰਹਿਮਤ ਭਰਿਆ ਹੱਥ ਜਿਹੜਾ ਹੈ। ਔਰ ਮੈਂ ਇਹੀ ਨਹੀਂ ਹੈ, ਮੈਂ ਇਹਨੂੰ ਆਪਣੇ ਨਾਲ ਹੀ ਨਹੀਂ ਜੋੜ ਕੇ ਦੇਖਦਾ, ਮੈਂ ਸਮਝਦਾ ਵੀ TV84 ਦੀ ਸਾਡੀ ਸਾਰੀ ਟੀਮ, ਟੈਕਨੀਕਲ ਟੀਮ, ਤੁਹਾਡਾ ਵੀ ਇੱਕ ਵੱਡਾ ਰੋਲ ਹੈ, ਤੁਸੀਂ 7-8 ਸਾਲ ਸਾਬਤ ਕਦਮਾਂ ਦੇ ਨਾਲ ਖਲੋਤੇ ਹੋ, ਔਰ ਇਸੇ ਤਰ੍ਹਾਂ ਸਾਡੇ ਐਂਕਰ ਜਿਹੜੇ ਇੱਥੇ ਵੀ ਨੇ, ਪਿੱਛੇ ਵੀ, ਔਰ ਹਾਲਾਂ ਅਸੀਂ ਇਸ ਪੀਰੀਅਡ ਚ ਬੇਸ਼ੱਕ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਸਾਰਾ ਪ੍ਰੋਗਰਾਮ ਵਾਈ ਸਕਾਈਪ ਹੈ, ਲੇਕਿਨ ਅਸੀਂ ਸਾਡੇ ਜਿਹੜੇ 3-4 ਫੀਚਰ ਡੇਲੀ ਪ੍ਰੋਗਰਾਮਾਂ ਦੇ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਗੁਫ਼ਤਗੂ, ਜਿਹਦੇ ਥੱਲੇ ਘੱਲੂਘਾਰ ਹਫ਼ਤੇ ਨਾਲ ਸੰਬੰਧਿਤ ਸਾਡੇ ਵੀਰ ਮਨਵੀਰ ਸਿੰਘ ਔਰ ਅਮਰਵੀਰ ਸਿੰਘ ਹੋਰਾਂ ਨੇ ਬੜੇ ਜਿਹੜੇ ਮੈਂ ਕਹਾਂਗਾ ਕਿ ਹਿਸਟੋਰੀਕਲ ਇੰਟਰਵਿਊ ਹਿਸਟੋਰੀਕਲ ਪਰਸਨੈਲਿਟੀਜ਼ ਨਾਲ ਕੰਡਕਟ ਕੀਤੇ,
ਔਰ ਅਸੀਂ ਖਾਲਸ ਟੀਵੀ ਨੂੰ ਰਨ ਕਰਦੇ ਪੈਣ ਹਰਸ਼ਰਨ ਕੌਰ ਬੇਟੀ ਹਰਸ਼ਰਨ ਕੌਰ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੇਸ਼ੱਕ ਉੱਥੇ ਵੀ ਸਭ ਲੋਕਡਾਊਨ ਹੈ ਪਰ ਉਹਨਾਂ ਦੀਆਂ ਤਿਆਰ ਕੀਤੀਆਂ ਖਬਰਾਂ ਜਿਹਨਾਂ ਨੂੰ ਸਾਡੇ ਦਰਸ਼ਕ ਸਰਾਹਦੇ ਨੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਔਰ ਉਹ ਪੰਜਾਬ ਦਾ ਪਰਸਪੈਕਟਿਵ ਹੈ ਠੀਕ ਹੈ ਉੱਥੇ ਬੈਠਿਆਂ ਦੀਆਂ ਮਜਬੂਰੀਆਂ ਵੀ ਨੇ ਉਹਨਾਂ ਨੇ ਉਸ ਐਂਗਲ ਨੂੰ ਵੀ ਦੇਣਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਉੱਥੇ ਕੀ ਹੁੰਦਾ ਉਹ ਵੀ ਸਾਨੂੰ ਪਤਾ ਹੋਏ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਸਿੱਖ ਸਕਾਲਰ ਔਰ ਜਿਹਨਾਂ ਨੇ ਕਰੰਟ ਸਟਰਗਲ ਦੇ ਵਿੱਚ ਯੋਗਦਾਨ ਵੀ ਪਾਇਆ ਔਰ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਸ਼ਹੀਦ ਪਰਿਵਾਰਾਂ ਦੇ ਨਾਲ ਇੰਟਰਵਿਊ ਕੀਤੇ ਔਰ ਪੈਨੀ ਅੱਖ ਰੱਖਦੇ ਨੇ ਅੰਮ੍ਰਿਤਸਰ ਦੇ ਸਰਦਾਰ ਸਰਬਜੀਤ ਸਿੰਘ ਘੁਮਾਣ ਉਹਨਾਂ ਦਾ ਜਿਹੜਾ ਹਰ ਰੋਜ਼ ਮੰਡੇ ਥਰੂ ਫਰਾਈਡੇ ਖਬਰ ਦੀ ਖਬਰ ਪ੍ਰੋਗਰਾਮ ਹੈ ਉਸ ਨਾਲ ਵੀ ਇੱਕ ਸਾਡਾ ਵੱਡਾ ਜਿਹੜਾ ਵਿਊਅਰਸ ਦਾ ਸਮੂਹ ਜੁੜਿਆ ਹੋਇਆ ਸੋ ਅਸੀਂ ਸਮਝਦੇ ਹਾਂ ਵੀ ਇਹ ਕਦੇ ਵੀ ਇੱਕ ਇੰਡੀਵਿਜੁਅਲ ਦਾ ਕੰਮ ਨਹੀਂ ਹੁੰਦਾ ਜਿਵੇਂ ਬੁਨਿਆਦ ਵੀ ਕਿਸੇ ਇਮਾਰਤ ਦੀ ਹੁੰਦੀ ਹੈ ਬੁਨਿਆਦ ਦੇ ਉੱਤੇ ਤਾਂ ਇੱਕ ਇੱਟ ਰੱਖੀ ਜਾਂਦੀ ਹੈ ਲੇਕਿਨ ਇਹ ਸਭ ਦੀ ਸਾਂਝੀ ਮਿਹਨਤ ਹੁੰਦੀ ਹੈ ਔਰ ਡਾਕਟਰ ਰਣਜੀਤ ਸਿੰਘ ਜਿਹੜੇ ਮੈਂ ਸਮਝਦਾ ਵੀ ਮੈਂ ਤਾਂ ਸ਼ਾਇਦ ਫਿਰ ਵੀ ਕਿਤੇ ਨਾ ਕਿਤੇ ਬੇਫਿਕਰੀ ਚ ਆ ਜਾਂਦਾ ਹੋਵਾਂਗਾ ਉਹ ਦਿਨ ਰਾਤ ਇਸ ਫਿਕਰ ਚ ਹੁੰਦੇ ਨੇ ਕਿ ਅਸੀਂ ਇਸ ਨੂੰ ਕਿਵੇਂ ਇੰਪਰੂਵ ਕਰਨਾ ਹੈ ਕਈ ਵਾਰ ਫਰਸਟ੍ਰੇਟ ਵੀ ਹੁੰਦੇ ਨੇ ਕਈ ਵਾਰ ਉਹ ਨਿਰਾਸ਼ਤਾ ਦੇ ਵਿੱਚ ਕੌੜੀਆਂ ਗੱਲਾਂ ਵੀ ਲਿਖਦੇ ਨੇ ਔਰ ਮੈਨੂੰ ਪਤਾ ਹੁੰਦਾ ਕਿ ਇਸ ਵੇਲੇ ਉਹਨਾਂ ਦਾ ਜਿਹੜਾ ਮਨ ਉਹ ਨਿਰਾਸ਼ਤਾ ਚ ਹੈ ਪਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਪਹਿਲਾ ਜਿਹੜਾ ਫੰਡ ਰੇਜ਼ਿੰਗ ਡਿਨਰ ਕੀਤਾ TV84 ਦਾ ਔਰ ਸਾਡੇ ਗੈਸਟ ਆਫ ਆਨਰ ਜਗਮੀਤ ਸਿੰਘ ਜਿਹੜੇ ਹੁਣ NDP ਦੇ ਲੀਡਰ ਨੇ ਕੈਨੇਡਾ ਦੇ ਵਿੱਚ ਪਾਰਟੀ ਦੇ ਉਹ ਸਨ ਉਦੋਂ ਜਿਹੜੇ ਨੇ ਉਹ ਓਨਟੇਰੀਓ ਸਟੇਟ ਦੇ ਵਿੱਚ ਸੀ ਔਰ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਐਡਰੈਸ ਦਿੱਤਾ ਔਰ ਡਾਕਟਰ ਸਾਹਿਬ ਨੇ ਉਹਦੇ ਚ ਕਿਹਾ ਸੀ ਕਿ ਭਾਈ ਸਾਡਾ ਇਹ ਡ੍ਰੀਮ ਹੈ ਕਿ ਜਿਵੇਂ ਅਲ ਜ਼ਜ਼ੀਰਾ ਜਿਹੜਾ ਹੈ ਉਹਨਾਂ ਦੀ ਆਵਾਜ਼ ਬਣੇ ਆ ਜਿਹਨਾਂ ਦੀ ਆਵਾਜ਼ ਨਾ ਇੱਥੇ ਦੇ ਕੋਈ ਚੈਨਲ ਜਾਂ ਕੋਈ ਉੱਥੇ ਬੇਸ ਜਿਹੜੇ ਵੱਡੇ ਹਾਕਮ ਨੇ ਉਸ ਮਿਡਲ ਈਸਟ ਦੇ ਉਹ ਪਹੁੰਚਣ ਦਿੰਦੇ ਸੀ ਔਰ ਉਹਨਾਂ ਨੇ ਕਿਹਾ ਵੀ ਸਾਡਾ ਇਹ ਡ੍ਰੀਮ ਹੈ ਕਿ TV84 ਇੱਕ ਦਿਨ ਕੱਲਾ ਖਾਲਿਸਤਾਨ ਦੀ ਕਾਇਮੀ ਤੱਕ ਹੀ ਨਹੀਂ ਅਸੀਂ ਉਸ ਖਿੱਤੇ ਦੀ ਆਵਾਜ਼ ਬਣੀਏ ਜਿਹੜੀਆਂ ਆਜ਼ਾਦੀ ਤਹਿਰੀਕਾਂ ਨੇ ਉਹ ਕਸ਼ਮੀਰੀਆਂ ਦੀ ਹੋਏ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਦੀ ਹੋਏ ਮਿਜ਼ੋਰਮ ਦੀ ਹੋਏ ਅਸਾਮੀਆਂ ਦੀ ਹੋਏ ਔਰ ਭਾਰਤ ਦੇ ਨਕਸ਼ੇ ਚ ਕੈਦ 100 ਮਿਲੀਅਨ ਤੋਂ ਜ਼ਿਆਦਾ ਦਲਿਤ ਮੂਲ ਨਿਵਾਸੀ ਔਰ ਵੱਡੀ ਗਿਣਤੀ ਚ ਟ੍ਰਾਈਬਲਸ ਹੋਣ ਔਰ ਖਾਸ ਤੌਰ ਤੇ ਕਸ਼ਮੀਰ ਦੀ ਸਟਰਗਲ ਦੇ ਨਾਲ ਨਾਲ ਅਸੀਂ ਪਾਕਿਸਤਾਨ ਔਰ ਆਪਣੇ ਗੁਆਂਢੀ ਦੇਸ਼ਾਂ ਪ੍ਰਤੀ ਜਿਹੜਾ ਸਾਡੇ ਦੁਸ਼ਮਣ ਭਾਰਤੀ ਰਜੀਮ ਨੇ ਇੱਕ ਨੈਗੇਟਿਵਿਟੀ ਬਣਾਈ ਹੋਈ ਹੈ ਅਸੀਂ ਉਸ ਨੂੰ ਵੀ ਚੈਲੰਜ ਕਰਦੇ ਹਾਂ ਸੋ ਮੈਂ ਸਮਝਦਾ ਕਿ ਬੇਸ਼ੱਕ ਜੇ ਇਹ ਕਿਹਾ ਜਾਏ ਕਿ ਸਾਡਾ ਦਾਇਰਾਕਾਰ ਜਾਂ ਸਾਡਾ ਡ੍ਰੀਮ ਬਹੁਤ ਵੱਡਾ ਹੈ ਤੇ ਕੋਈ ਪੁੱਛਣ ਵਾਲਾ ਪੁੱਛ ਸਕਦਾ ਹੈ ਜੀ ਕਿ ਭਾਈ ਤੁਹਾਡੇ ਪੱਲੇ ਕੀ ਹੈ ਤੇ ਮੇਰਾ ਇਹ ਕਹਿਣਾ ਹੁੰਦਾ ਵੀ ਸਾਡਾ ਤਕੀਆ ਵੀ ਬੜਾ ਮਜ਼ਬੂਤ ਹੈ ਤੇ ਤਕੀਆ ਜਿਹੜਾ ਉਹ ਰੱਬ ਦਾ ਹੀ ਹੁੰਦਾ ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹੋ ਹੱਕ ਸਿਰਫ ਦੁਨੀਆਂ ਦੇ ਲਈ ਵਿੱਚ ਰਾਈਟੀਅਸਨੈਸ ਨਹੀਂ ਹੈ ਰੱਬ ਦਾ ਨਾਂ ਵੀ ਹੱਕ ਹੈ ਕਿਉਂਕਿ ਇਹ ਜਿਹੜਾ ਸੱਚ ਦਾ ਰਸਤਾ ਔਰ ਹੱਕ ਦਾ ਰਸਤਾ ਹੈ ਜਿਹੜਾ ਇਸ ਪਾਸੇ ਤੁਰਦਾ ਉਹ ਅਲਟੀਮੇਟਲੀ ਰੱਬ ਦੀ ਜਿਹੜੀ ਹੈ ਇਸ ਦੁਨੀਆਂ ਦੇ ਵਿੱਚ ਆਪਣਾ ਫਰਜ਼ ਅਦਾ ਕਰ ਰਿਹਾ ਹੁੰਦਾ ਹੈ ਰੂਹਾਨੀਅਤ ਅੱਡ ਨਹੀਂ ਹੁੰਦੀ ਇਸ ਲਈ ਜਦੋਂ ਮੀਰੀ ਪੀਰੀ ਦੀ ਅਸੀਂ ਗੱਲ ਕਰਦੇ ਹਾਂ ਤੇ ਇਹ ਵੀ ਸੱਚ ਹੱਕ ਇਨਸਾਫ਼ ਔਰ ਅਲਟੀਮੇਟਲੀ ਰੱਬ ਵੀ ਅਦਲ ਕਰਨ ਵਾਲਾ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਹਰ ਜਿਹੜਾ ਲਤਾੜਿਆ ਹੋਇਆ ਉਹਦੀ ਆਵਾਜ਼ ਬਣੀਏ ਹਰ ਡਿੱਗੇ ਹੋਏ ਨੂੰ ਚੁੱਕਣ ਦੀ ਹਿੰਮਤ ਰੱਖ ਸਕਦੇ ਹੋਈਏ ਔਰ ਦੁਨੀਆਂ ਦੇ ਵਿੱਚ ਅਵੇਅਰਨੈਸ ਪੈਦਾ ਕਰਨੀ ਕਿਉਂਕਿ ਸਭ ਤੋਂ ਵੱਡਾ ਦੁਸ਼ਮਣ ਜੇ ਕੋਈ ਹੈ ਤੇ ਉਹ ਅਗਿਆਨਤਾ ਹੈ ਇਗਨੋਰੈਂਸ ਹੈ ਨਾ ਮਾਲੂਮੀਆਤ ਹੈ ਜਿਸ ਨੂੰ ਕਿਹਾ ਜਾਂਦਾ ਹੈ ਔਰ ਸਾਡੇ ਦੁਸ਼ਮਣ ਨੇ ਇਸ ਹਥਿਆਰ ਨੂੰ ਬਹੁਤ ਕਾਮਯਾਬੀ ਦੇ ਨਾਲ ਵਰਤਿਆ ਅੱਜ ਵੀ ਵਰਤ ਰਹੇ ਨੇ ਅੱਗੇ ਤਾਂ ਸਿਰਫ ਮੇਨ ਸਟ੍ਰੀਮ ਮੀਡੀਆ ਜਾਂ ਪ੍ਰਿੰਟ ਮੀਡੀਆ ਤੱਕ ਸੀ ਹੁਣ ਅਸੀਂ ਦੇਖਦੇ ਹਾਂ ਵੀ ਸਾਨੂੰ ਲੱਗਦਾ ਵੀ ਅਸੀਂ ਸੋਸ਼ਲ ਮੀਡੀਆ ਨੂੰ ਬਹੁਤ ਇਸਤੇਮਾਲ ਕਰਦੇ ਹਾਂ ਸਾਡੇ ਤਾਂ ਲੋਕਾਂ ਨੂੰ ਉਹਨਾਂ ਨੇ ਉਲਝਾਇਆ ਹੋਇਆ ਬੇਫਜ਼ੂਲ ਜਿਹੜੇ ਮੁੱਦਿਆਂ ਦੇ ਉੱਤੇ ਉਹ ਇਸਤੇਮਾਲ ਕਰਦੇ ਨੇ ਕਿਵੇਂ ਝੂਠ ਨੂੰ ਵੀ ਜਿਹੜਾ ਉਹ ਸੱਚ ਬਣਾਉਣ ਦੀ ਜਿਹੜੀ ਆ ਉਹ ਤਰਬੀਅਤ ਰੱਖਦੇ ਨੇ ਔਰ ਜਿਵੇਂ ਇੱਕ ਬੜੀ ਦਿਲਚਸਪ ਫੋਟੋ ਅੱਜ ਸੋਸ਼ਲ ਮੀਡੀਆ ਤੇ ਔਰ ਵੀਰ ਸਤਪਾਲ ਸਿੰਘ ਪਰੇਵਾਲ ਉਹਨਾਂ ਨੇ ਵੀ ਆਪਣੀ ਵਾਲ ਤੇ ਪਾਈ ਹੋਈ ਸੀ ਰਾਮਦੇਵ ਔਰ ਮੋਦੀ ਬੈਠੇ ਨੇ ਤੇ ਉਹ ਮੋਦੀ ਰਾਮਦੇਵ ਨੂੰ ਕਹਿੰਦਾ
अरे महंगे, तुमने ये कोरोना की दवाई कहां से बना ली, कैसे बना ली? वो कहता है यार मोदी, जैसे तुमने चीन पे फतह पा ली है ऐसे ही हमने भी बना ली। तो मतलब जी यह है भी वो दवाई का फ्रॉड बेच रहे हैं। असि डिस्कस किया सी कि उन्होंने आयुष मंत्री ने कहा है जी अपने उदी एडवर्टाइजमेंट ना करो, पर सेल ते पाबंदी नहीं लाई है। और इस वेले करोड़ों रुपए जेडे आम गरीब बेचारे वल्नरेबल ने इस किस्म के प्रोपेगेंडा और प्रचार दे वो कर रहे हैं। और इसे तरह मोदी ये दावा कर रहे हैं कि भाई मैं फतह हासिल कर ली, हालांकि अंदर बैठा की कर रहे हैं। साढ़े एक दर्शक ने सानू एक छोटी जी इस उत्ते बोली बना के भेजी है कि जी सिल्ली सिल्ली आउंदी है हवा, लगता है मोदी कितने बैठा रोंदा होवेगा, हुण तां सज्जना भी खिंच के लत मारती। हुण अमरीका वालों है जिहनूं सज्जन से उन्हें भी लत मारती ते हवा दे विच सिल है। सो असीं इस दे नाल जिहड़ा है वो अज दे जिवें तुसीं इशू डिस्कस कीते ने, मैं देख रहे भी अमरीकनां दी इक अंग्रेजी दी एक्सप्रेशन है कि मिस फॉर्चून्स नेवर कम अलोन, दे कम इन थ्रीज, कि जिहड़ी बदबख्ती हुंदी है जदों वापरदा है कुछ, एक नहीं घटना वापरदी, लगातारता नाल तीन वापरदी है। जी और उहदे च मोदी भी यही कहना होना भी कौन सी साढ़ सती राहु केतु कहाँ बैठ गए आके, चीन उन्हें ऐसा कुटिया है। कल यही नहीं कि गलवान वैली का जिक्र हो रहा है, और दूसरा तुसी देखो भी किवें एक दूजे दे नू झूठ दे नाल कट्टण दी कोशिश कर रहे ने। मोदी ने अपने जिहड़ा ऑपोजिशन पार्टीज नू दे मीटिंग नू 20 तो ज्यादा जिहदे च नुमाइंदे सी एड्रेस किया है, जिन्होंने एज ए नेशन वाइड उन्होंने टेलीकास्ट किया है। और उदे च मोदी ये बड़े दावे दे नाल कहंदा है कि चाइना इज नॉट ऑक्यूपाइंग इवन एन इंच ऑफ इंडियन टेरिटरी, जिहड़ा उन्होंने अंग्रेजी मीडिया ने भी दिता, उन्हें कहा जी ना ही वो घुसे, ना ही यहाँ है, ना ही हमारी कोई जमीन ली। हूँ जी जिहड़ा लेफ्टिनेंट जनरल हरिंदर सिंह जिहड़ा यकीनी बनाया इन्होंने कि पग वाला बंदा जाके गलबात करे भावे दाढ़ी कट्टा ही है, उन्होंने भेजे। हुण इस मुद्दे दे उत्ते वो ये कह रहा है कि उन्हें, और इन्हों का मीडिया रिपोर्ट कर रहा है कि भी उन्होंने चाइना, लेफ्टिनेंट जनरल हरिंदर सिंह टोल चाइना टू विदड्रॉ फ्रॉम इंडिया इंडियन टेरिटरी इन पेंगोंग सो, कि ये जड़ियां फिंगर सत्त अड़ काबू कीतियां पेंगोंग सो। उन्होंने कहा जी हरिंदर सिंह टोल चाइना टू विदड्रॉ फ्रॉम इंडियन टेरिटरी इन पेंगोंग सो। सो जाहिर है कि हुण वो उन्होंने तो गलबात नहीं भेजे, जे तुहाडी टेरिटरी च कोई आया ही नहीं, कोई बैठा भी नहीं, फिर तो गलबात कादी होनी है, जा केड़ी गलबात है। सो जाहिर है भी जे तुसी इस लेवल दी गलबात कर रहे हो ते तुहाडा इलाका गया होया। हुणे भी आ रहा है कि भी ये जिहड़ा 60 स्क्वेयर किलोमीटर दा जिक्र हो रहा है कि उन्होंने ऑक्यूपाई कीता, वो सिर्फ एक हिस्से दे नाल ही है, वो तीन डिफरेंट सेक्टर च उन्होंने एडवांसमेंट कीती है। और उन्होंने विच जिहदा जिक्र हरिंदर सिंह ने कीता है वो पेंगोंग सौ, उहदे च भी 60-70 स्क्वेयर किलोमीटर टेरिटोरी है। और इस सारे दे नाल नाल असीं देख रहे हैं सैटेलाइट इमेजेस, कल असीं पासिंग रेफरेंस गल कीती सी, अज इस नूं बीबीसी ने भी कंफर्म कीता है। और ये गल बड़ी क्लीयरली आई है कि चाइना ने अपने यही नहीं कि टेंट लाए ने या बंकर बनाए ने, वो परमानेंटली उन्होंने जिहड़े सैटेलाइट इमेजेस दस रहे हैं कि सारी दी सारी जिहड़ी है गलवान वैली वो उन्होंने ऑक्यूपाई कीती हुई है। और जी नाल दी नाल उन्होंने इंडिया नूं वार्निंग भी दित्ती है कि जिहड़ा थोड़ा बहुत हिस्सा परले पासे नूं खाली करो। और एक गल कि ये उन्हों का जनरल नरवाणे जिहड़ा विजिट करके गया है लद्दाख चो दूजा, और जो आया कि भाई ग्राउंड हकीकत ये है। और ये भी लग रहा है कि जो हुणे मोदी जां अमित शाह इस सारे नूं किवें लैणगे, क्योंकि जिवें असीं डिस्कस कीता सी कि राजनाथ सिंह भी जिहड़ी है जिहड़ा वो खाली हत्थी मुड़िया है, ना उन्हूं कोई वन टू वन मीटिंग मिली, ना रूस ने इंटरवीन करन दी कोई अपनी दिलचस्पी दिखाई, उन्होंने कहा जी बाइलैटरल इशू है। और इस सारे दे नाल नाल चाइना ने अज उन्हां दी, क्योंकि ग्लोबल टाइम्स जिहड़ी है वो उन्हां दा ऑफिशियल माउथपीस है कम्युनिस्ट पार्टी दा, और जाहिर है चाइना नूं कम्युनिस्ट पार्टी रन करदी है, मिस्टर शी जिनपिंग उहदे प्रधान ने। और जी जिहड़ा जिहड़ी वार्निंग अज ग्लोबल टाइम्स ने इंडिया नूं दित्ती है
ਉਹ ਬੜੀ ਸਿਗਨੀਫਿਕੈਂਟ ਹੈ। ਉਹਨਾਂ ਕਿਹਾ ਇੰਡੀਅਨ ਲੀਡਰਸ ਅੰਡਰਸਟੈਂਡ ਹਾਊ ਪਾਵਰਫੁਲ ਚਾਈਨਾ ਇਜ਼, ਵਾਇਲ ਇੰਡੀਅਨ ਨੈਸ਼ਨਲਿਸਟ ਆਰ ਇਗਨੋਰੈਂਟ ਐਂਡ ਐਰੋਗੈਂਟ। ਕਿ ਭਾਰਤ ਦੇ ਲੀਡਰਾਂ ਨੂੰ ਪਤਾ ਹੈ, ਹਕੂਮਤੀ ਰਿਜੀਮ ਦੀ ਗੱਲ ਹੈ, ਇੰਡੀਅਨ ਲੀਡਰਸ ਅੰਡਰਸਟੈਂਡ ਹਾਊ ਪਾਵਰਫੁਲ ਚਾਈਨਾ ਇਜ਼, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਕੀ ਔਕਾਤ ਹੈ ਔਰ ਚਾਈਨਾ ਕਿੰਨੀ ਕਿੰਨਾ ਪਾਵਰਫੁਲ ਹੈ। ਵਾਇਲ ਇੰਡੀਅਨ ਨੈਸ਼ਨਲਿਸਟ ਆਰ ਇਗਨੋਰੈਂਟ ਐਂਡ ਐਰੋਗੈਂਟ, ਕਿ ਜਿਹੜੇ ਹਿੰਦੂ ਤੋਂ ਵੀ ਉਹਨਾਂ ਨੇ ਖੜੇ ਕੀਤੇ ਹੋਏ ਨੇ ਰਾਸ਼ਟਰਵਾਦੀ, ਉਹ ਅਗਿਆਨੀ ਵੀ ਨੇ ਔਰ ਹੰਕਾਰੀ ਵੀ ਨੇ, ਉਹਨਾਂ ਨੂੰ ਲੱਗਦਾ ਕਿ ਵੀ ਅਸੀਂ ਬਹੁਤ ਆ। ਫਿਰ ਉਹਨਾਂ ਕਿਹਾ ਸੋ ਦੇ ਮਾਈਟ ਸੇ ਸਮ ਹਾਰਸ਼ ਵਰਡਸ, ਕਿ ਵੀ ਠੀਕ ਹੈ ਉਹਨਾਂ ਨੇ ਕੁਛ ਸਖਤ ਲਫ਼ਜ਼ ਵੀ ਕਹਿ ਸਕਦੇ ਨੇ, ਬਟ ਦੇ ਡੇਅਰ ਨਾਟ ਟੇਕ ਦਾ ਫਸਟ ਸ਼ਾਟ ਐਟ ਅਸ, ਵੀ ਉੱਥੇ ਗੱਲਾਂ ਚ ਠੀਕ ਹੈ, ਗੱਲਾਂ ਨਾਲ ਕੜਾ ਬਣਾਈ ਜਾਓ, ਉਹਦੇ ਚ ਭਾਵੇਂ ਘਿਓ ਘੱਟ ਨਾ ਪਾਓ, ਪਰ ਇੱਧਰ ਕੋਈ ਅੱਖ ਕਰਕੇ ਜੇ ਦੇਖਣ ਦੀ ਕੋਸ਼ਿਸ਼ ਕੀਤੀ। ਇਹ ਬੜਾ ਅੰਗਰੇਜ਼ੀ, ਕਿਉਂਕਿ ਕਈ ਵਾਰ ਪੋਲਾਈਟ ਹੈ ਸਾਡੀ ਜ਼ਬਾਨ ਤਾਂ ਸਿੱਧਾ ਸਿੱਧਾ ਹੁੰਦਾ ਵੀ ਅੱਖਾਂ ਕੱਢ ਦਿਆਂਗੇ ਤੇਰੀਆਂ, ਔਰ ਇਹਨਾਂ ਨੂੰ ਪਤਾ ਵੀ ਚੀਨੇ ਕਿਵੇਂ ਕੱਢਦੇ ਨੇ, ਜਿਹੜੇ 20 ਡੈਡ ਨੇ ਉਹਨਾਂ ਦਾ ਹਾਲ ਕੀ ਕੀਤਾ ਉਹਨਾਂ ਨੇ, ਔਰ ਉਹਨਾਂ ਨੇ ਨਾਲ ਹੀ ਕਿਹਾ ਬਟ ਦੇ ਡੇਅਰ ਨਾਟ ਟੇਕ ਦਾ ਫਸਟ ਸ਼ਾਟ ਐਟ ਅਸ, ਕਿ ਭਾਈ ਇਹ ਤੁਸੀਂ ਕਦੇ ਇਸ ਕਿਸਮ ਦੀ ਦਾ, ਜਿਹਨੂੰ ਇਹ ਪੰਜਾਬੀ ਦੇ ਵਿੱਚ ਦੁਸਾਹਸ ਵੀ ਕਹਿੰਦੇ ਨੇ, ਕਿ ਐਵੇਂ ਡੇਅਰ ਡੈਵਲਰੀ ਨਾ ਕਰ ਲੈਣਾ ਤੇ ਅਦਰਵਾਈਜ਼ ਤੁਹਾਡੇ ਬੁਥਾੜ ਭੰਨੇ ਜਾਣਗੇ। ਸੋ ਹੁਣ ਮੈਂ ਆਵਾਂ ਕਿ ਭਾਈ ਮਿਸ ਫਾਰਚੂਨ ਕਮ ਇਨ ਥਰੀਸ, ਤਿੰਨ ਕਿਵੇਂ ਹੋ ਗਈਆਂ, ਚਾਈਨਾ ਨੇ ਤਾਂ ਇਹਨਾਂ ਨੂੰ ਟਿਕਾਣੇ ਲਾਇਆ, ਫਿਰ ਆਲ ਆਫ ਏ ਸਡਨ ਗੁਰਖਾਲੀ ਨੇਪਾਲੀ ਨਿਕਲ ਆਏ। ਇਹਨਾਂ ਨੂੰ ਲੱਗਦਾ ਸੀ ਜੀ ਉਹਨਾਂ ਦੀ ਵਾਰ ਕਰਾਏ ਵੀ ਮਹਾਂਕਾਲੀ ਮਹਾਂਕਾਲੀ ਗੁਰਖਾਲੀ ਸ਼ਾਹ ਹੈ, ਵੀ ਅਸੀਂ ਵੀ ਮਹਾਂਕਾਲੀ ਦੇ ਪੁਜਾਰੀ, ਇਹ ਵੀ ਮਹਾਂਕਾਲੀ ਦੇ, ਇਹ ਕਿੱਥੋਂ ਨਿਕਲ ਆਇਆ। ਤਾਂ ਨੇਪਾਲ ਦੇ ਉੱਤੇ ਅਸੀਂ ਆਲਮੋਸਟ ਗੱਲ ਕੀਤੀ ਹੈ, ਹੁਣ ਕਿਸੇ ਨੂੰ ਭੁਲੇਖਾ ਨਹੀਂ ਹੈ ਕਿ ਨੇਪਾਲ ਕਿੱਥੋਂ ਆ ਰਿਹਾ। ਕੱਲ ਦੇ ਚ ਅਸੀਂ ਗੱਲ ਕੀਤਾ ਸੀ ਇੱਕ ਟੋਪਿਕ ਜਿਹਦੇ ਚ ਕਿ ਫੋਰਨ ਅਫੇਅਰਸ ਮੈਗਜ਼ੀਨ ਦਾ ਸੀ, ਕਿ ਵੀ ਸਿਰਫ ਸਾਊਥ ਏਸ਼ੀਆ ਦੇ ਵਿੱਚ ਇੱਕੋ ਇੱਕ ਮੁਲਕ ਭੂਟਾਨ ਹੈ ਜਿਹੜਾ ਭਾਰਤ ਦੇ ਨਾਲ ਹੈ, ਬਾਕੀ ਉਹਨੇ ਉਹਦੇ ਉਹਨੇ ਆਪਣੇ ਨੇਬਰਸ ਨੂੰ ਇਗਨੋਰ ਕੀਤਾ ਹੈ, ਤੇ ਉਹ ਨਿਕਲ ਕੇ ਭਾਰਤ ਦੇ ਦਾਇਰੇ ਚੋਂ ਚੀਨ ਦੀ ਗੱਲ ਵਕੜੀ ਚ ਚਲੇ ਗਏ। ਲੇਕਿਨ ਇਸ ਖਬਰ ਨੂੰ ਵੀ 24 ਘੰਟੇ ਅਜੇ ਨਹੀਂ ਹੋਏ ਪੂਰੇ, ਤੇ ਨਾਲ ਦੀ ਨਾਲ ਜਿਹੜੀ ਖਬਰ ਨੇ ਖੜਕਾ ਦਿੱਤਾ ਹੈ, ਮੈਨੂੰ ਵੀ ਨਹੀਂ ਸੀ ਇਸ ਗੱਲ ਦਾ ਪਤਾ, ਹਾਲਾਂ ਪਤਾ ਹੈ ਵੀ ਭੂਟਾਨ ਬਿਲਕੁਲ ਸਟਿਆ ਹੋਇਆ ਭਾਰਤ ਦੇ ਬਾਰਡਰ ਦੇ ਨਾਲ, ਹਾਲਾਂ ਜਿਹੜਾ ਭੂਟਾਨ ਦਾ ਬਾਰਡਰ ਸਿੱਧਾ ਚੀਨ ਦੇ ਨਾਲ ਵੀ ਲੱਗਦਾ ਹੈ, ਡੋਕਲਾਮ ਦਾ ਕ੍ਰਾਈਸਿਸ 2017 ਦਾ ਸਾਹਮਣੇ ਹੈ, ਹਾਲਾਂ ਡੋਕਲਾਮ ਚ ਭਾਰਤ ਦਾ ਬਾਰਡਰ ਨਹੀਂ ਸੀ ਲੱਗਦਾ। ਪਰ ਇਹ ਵੀ ਮੈਨੂੰ ਹਮੇਸ਼ਾ ਪਤਾ ਰਿਹਾ ਕਿ ਵੀ ਤੁਸੀਂ ਜਦੋਂ ਅਮਰੀਕਾ ਦੇ ਵਿੱਚ ਦੇਖਦੇ ਹੋ ਤੇ ਇੱਥੇ ਕਿਹਨਾਂ ਲੋਕਾਂ ਨੇ ਅਸਾਈਲਮ ਲਈ, ਇੱਕ ਵਾਰੀ ਮੈਂ ਦੇਖਿਆ ਪਤਾ ਕਿੰਨੇ ਹਜ਼ਾਰ ਸਾਊਥ ਏਸ਼ੀਅਨ ਹਿੰਦੂਆਂ ਨੇ ਲਈ, ਮੈਂ ਕਿਹਾ ਜੀ ਇੱਥੇ ਹਿੰਦੂ, ਮੈਨੂੰ ਲੱਗਾ ਕਿਹੜੇ ਨੇ ਸਾਈ। ਫਿਰ ਇਹ ਗੱਲ ਸਾਹਮਣੇ ਆਈ ਕਿ ਭੂਟਾਨ ਦੇ ਹਵਾਲੇ ਨਾਲ, ਕਿਉਂਕਿ ਭੂਟਾਨ ਨੇਪਾਲ ਚਾਈਨਾ ਇਹ ਸਾਰੇ ਮਿਆਂਮਾਰ ਇਹ ਸਾਰਾ ਬਾਰਡਰ ਲਾਈਨ ਉੱਥੇ ਹੀ ਹੈ, ਔਰ ਕਿਉਂਕਿ ਭੂਟਾਨ ਦੇ ਵਿੱਚ ਵੀ ਨੇਟਿਵ ਵਰਸਿਸ ਨੇਪਾਲੀਆਂ ਦਾ ਰੌਲਾ ਹੈ, ਕਿਉਂਕਿ ਗੋਰਖੇ ਉੱਥੇ ਕਾਫੀ ਨੇ ਔਰ ਭੂਟਾਨੀਆਂ ਨੂੰ ਲੱਗਦਾ ਇਹਨਾਂ ਦੀ, ਕਿਉਂਕਿ ਹਰ ਇੱਕ ਦੀ ਆਪਣੀ ਐਥਨੀਸਿਟੀ ਹੈ। ਸੋ ਉੱਥੇ ਜਿਹੜੇ ਈਵਨ ਯੂਨਾਈਟਿਡ ਨੇਸ਼ਨਸ ਨੇ ਕੁਛ ਰਿਫਿਊਜੀ ਕੈਂਪਸ ਨੂੰ ਸਪੋਰਟ ਕਰਦੇ ਨੇ, ਭੂਟਾਨ ਦੇ ਵਿੱਚ ਵੀ ਨੇਪਾਲੀ ਗੋਰਖਿਆਂ ਦਾ ਰਿਫਿਊਜੀ ਕੈਂਪ ਹੈ, ਕਿਉਂਕਿ ਉਹਨਾਂ ਨੂੰ ਉਹ ਸ਼ਹਿਰੀਅਤ ਨਹੀਂ ਦਿੰਦੇ। ਇਹ ਵੀ ਮੈਨੂੰ ਪਤਾ ਸੀ ਕਿ ਭੂਟਾਨ ਨੇਪਾਲ ਕ੍ਰਾਈਸਿਸ ਔਰ ਜਿਹੜੇ ਉੱਥੋਂ ਨਿਕਲਦੇ ਨੇ, ਕਿਉਂਕਿ ਜ਼ਾਹਰ ਹੈ ਗੋਰਖਿਆਂ ਚ ਬਹੁਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ, ਉਹ ਇੱਥੇ ਅਸਾਈਲਮ ਵੀ ਲੈਂਦੇ ਨੇ। ਲੇਕਿਨ ਭੂਟਾਨ ਦਾ ਇੰਨਾ ਬਾਰਡਰ ਆਸਾਮ ਨਾਲ ਵੀ ਲੱਗਦਾ ਹੈ, ਬਾਰਡਰ ਤਾਂ ਹੈ ਕਿ ਵੀ ਉਹਨਾਂ ਦਾ ਪਾਣੀ ਦਾ ਸੋਰਸ ਵੀ ਇਹਨਾਂ ਨੇ ਕੋਈ ਆਰਟੀਫਿਸ਼ਲ ਚੈਨਲ ਬਣਾਇਆ ਹੋਇਆ ਹੈ, ਜਿਹਦੇ ਰਾਹੀਂ ਜਿਹੜਾ 26 ਦੇ ਕਰੀਬ ਜਿਹੜੇ ਆਸਾਮ ਦੇ ਪਿੰਡ ਨੇ ਔਰ 6000 ਦੇ ਕਰੀਬ ਕਿਸਾਨ ਨੇ, ਉਹਨਾਂ ਦੀ ਸਰਵਾਈਵਲ ਹੀ ਉਸ ਪਾਣੀ ਦੇ ਨਾਲ ਹੈ ਜਿਹੜਾ ਕਿ ਭੂਟਾਨ ਚੋਂ ਆਰਟੀਫਿਸ਼ਲ ਚੈਨਲ ਰਾਹੀਂ ਆਉਂਦਾ ਹੈ। ਔਰ ਅੱਜ ਜਦੋਂ ਇਹ ਖਬਰ ਮੈਂ ਦੇਖੀ, ਹਾਲਾਂ ਸਾਡੇ ਕੁਛ ਵੀਰਾਂ ਨੇ ਕਮੈਂਟ ਸੈਕਸ਼ਨ ਚ ਵੀ ਪਾਇਆ ਕਿ ਲਓ ਜੀ ਭੂਟਾਨ ਵੀ ਹੱਥੋਂ ਗਿਆ, ਤੇ ਮੈਂ ਉਸ ਦੀਆਂ 2-3 ਖਬਰਾਂ ਡਿਫਰੈਂਟਲੀ ਜਿਹੜੀਆਂ ਨੇ ਉਹ ਰਿਸਰਚ ਕੀਤੀਆਂ, ਔਰ ਇਹ ਢਾਕਾ ਟ੍ਰਿਬਿਊਨ ਹੈ ਕਿਉਂਕਿ ਇਹ ਰੀਜਨ ਹੈ ਸਾਰਾ ਉਹੀ ਨਾਰਥ ਈਸਟ, ਢਾਕਾ, ਭੂਟਾਨ, ਨੇਪਾਲ। ਔਰ ਮੈਨੂੰ ਲੱਗਾ ਵੀ ਇਹਦੇ ਹਾਲਾਂ ਇੰਡੀਆ ਟੂਡੇ ਦੀ ਵੀ ਖਬਰ ਮੈਂ ਕੱਢੀ ਹੋਈ ਹੈ, ਲੇਕਿਨ ਇਹ ਇਹਦੇ ਇਹਨੇ ਦਿੱਤਾ ਆਫਟਰ ਨੇਪਾਲ ਨਾਓ ਭੂਟਾਨ ਸਟਾਪਸ ਇਰੀਗੇਸ਼ਨ ਵਾਟਰ ਫਾਰ ਇੰਡੀਅਨ ਫਾਰਮਰਸ, ਕਿਉਂਕਿ ਨੇਪਾਲ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਉੱਧਰ ਮਾਨਸੂਨ ਆਉਣ ਵਾਲੀ ਹੈ
और उन्होंने उत्तराखंड और यूपी दे विच इन्हां नूं इंडिया नूं जेडे उत्थे थोड़े बहुत उन्हों बन लांदे ने उहदे तो रोक दिता है। और उन्होंने कहा कि भी नहीं, और इंडिया ने यूपी ने ऑफिशियली कंप्लेन किया सेंटर गवर्नमेंट नूं कि जी साडे फ्लड आ जाणगे। और एक खबर कि फार्मर्स और इहदे ते 6,000 दे करीब किसानां ने वड्डा प्रोटेस्ट किया है, फार्मर अलोंग विद अदर सिविल सोसाइटी मैंबर्स ऑफ बक्सा डिस्ट्रिक्ट ऑफ द स्टेट, असाम दा बक्सा जिला है, इन लार्ज नंबर स्टेज डेमोन्स्ट्रेशन ऑन मंडे एंड एक्सप्रेस्ड सीरियस कंसर्न ओवर द डिसीजन ऑफ भूटानीज गवर्नमेंट। हुण बैकग्राउंड साडे दर्शक पिक्चर देख रहे होणगे, हालां वीडियो है 2-3 मिनट की, पर उहदे काफी असामी जबान दे डायलॉग सी, सो मैनूं लग्गिया कि भई ये साडे दर्शकां दी समझ लई नहीं होएगा। लेकिन बहुत एजिटेटेड ने, और उन्होंने कहा कि भी नेपाल तो बाद ये भूटान ने एक हिमालयन एवर भूटान है साइलेंटली स्टॉप्ड रिलीजिंग चैनल वाटर फॉर इंडियन फार्मर्स अलोंग द बॉर्डर इन असम, कि भूटान ने कोई ऐलान नहीं किया, चुपचाप उन्होंने वो पानी चोक कर दिता है। सो असी तो अजे इंडिया तो पाकिस्तान नु थ्रेट कर रहे हैं कि जी असी चनाब और झेलम इंडस वाटर ट्रीटी स्क्रैप कर देंगे, पानी इधर नु लै जाएंगे, पर नेपाल ने भी वाटर एज ए वैपन यूज कर लिया। और अजे वो तो उन्होंने बन बुने नहीं बन दे रहे, लेकिन भूटान ने तो रोक ही दिता है, उन्होंने कहा कि भाई मरो भुखे हुण। और इहदियां डिटेल्स ने कि भाई मोर दैन 6,000 फार्मर्स हेलिंग फ्रॉम 26 विलेजेस ऑफ असाम्स बक्सर डिस्ट्रिक्ट वर डिपेंडेंट ऑन ए मैन मेड इरीगेशन चैनल लोकली कॉल्ड एज डोंग। ये डोंग नूं लोकल बोली च कहिंदे ने, ਇਹ ਬੰਦੇ ਦੀ ਬਣਾਈ, ਕਿਉਂਕਿ ਪਾਣੀ ਉਹਨਾਂ ਦੇ ਫਿਰ ਚੈਨਲ ਰਾਹੀਂ ਖਿੱਚ ਕੇ ਲਿਆਉਂਦੇ ਹੋਣਗੇ। ਟੂ ਕੈਰੀ ਵਾਟਰ ਟੂ ਏ ਹਿਊਜ ਚੰਕ ਆਫ ਪੈਡੀ ਫੀਲਡਸ ਔਨ ਇੰਡੀਅਨ ਸਾਈਡ ਆਫ ਦਾ ਡਿਸਟ੍ਰਿਕਟ ਫਰੋਮ ਭੂਟਾਨ ਸਿੰਸ 1953। ਹੁਣ ਪਿਛਲੇ ਲਗਭਗ 70 ਸਾਲ ਤੋਂ ਜਿਹੜਾ ਭੂਟਾਨ ਇਹਨਾਂ ਨੂੰ ਪਾਣੀ ਦੇ ਰਿਹਾ ਸੀ ਉਸ ਚੈਨਲ ਰਾਹੀਂ, ਜਿਹਦੇ ਤੇ 26 ਪਿੰਡ ਔਰ 10,000 ਤੋਂ ਜ਼ਿਆਦਾ ਕਿਸਾਨ ਸਰਵਾਈਵ ਕਰ ਰਹੇ ਸੀ, ਉਹ ਉਹਨਾਂ ਨੇ ਚੁੱਪ ਚੁਪੀਤੇ ਬੰਦ ਕਰ ਦਿੱਤਾ। फिर उन्होंने कहा कि भाई उन्होंने वड्डी गिणती दे विच डेमोन्स्ट्रेशन किया है, और उन्होंने भूटान सरकार तो मंग की है, और उन्होंने इंडियन गवर्नमेंट नूं कहा भी वो भूटान सरकार दे नाल इस इशू नूं चुके, और ये सारे ने ताकि साडा असीं भुखे मर जाएंगे, साडा सारा झोने के जिहड़े खेत ने वो पानी बिना सुक रहे ने, और इस सारे की अगों डिबेट है। तो भूटान ने कहा कोई नहीं COVID-19 चल रहा है, बाद देखांगे, अजे शायद इहदे करके असीं तुहाडे किसे नूं अलाउ नहीं कर सकते। सो भूटान वर्गा मुल्क जिहड़ा चार चफेरे घिरिया होया है, कोई उहनां दी बिल्कुल पीसफुल मुल्क है, वह डिसाइड करते हैं साल किन्ने टूरिस्ट उत्थे जाणगे। स्मोकिंग बैन है, सब तो लंबी उम्र और खुश रहने वाले लोग जिहड़े दुनिया च गिणे जाते हैं उन्होंने भूटान वाले ने, सच ए पीसफुल पीपल, और उन्हों की सारी टूरिस्ट इंडस्ट्री और बहुत कुछ डिपेंड भारत के उत्ते करता है। ये अपने आप दे विच मैं समझदा है कि एक जिहड़ियां तीन मुसीबतां हो गई, अंग्रेजां दी कहावत ठीक हो गई, नेपाल जिहड़ा चाइना नेपाल और हुण भूटान, और इहनूं क्लोज करन तों पहलां मैं जिहड़ी तुसीं करोना अपडेट कही है, न्यूयॉर्क दे विच उहनां ने 10 स्टेटां अमरीका दियां साउथ दियां टैक्सास अलाबामा और नाल लगदियां उहनां दे शहरियां ते पाबंदी ला दित्ती है क्वारंटाइन, क्योंकि बड़ी तेजी नाल अमरीका दे विच जिहड़े ये केस ने जा रहे ने, और इसे तरह भारत जिहड़ा है उस दे विच भी तेजी नाल वध है, पाकिस्तान भी जिहड़ा इस वेले 13वें नंबर ते आ गया और केसां दे मामले च तुर्की सऊदी अरेबिया फ्रांस नूं उहने पिछे छड्ड दित्ता है। टोटल कोरोना पॉजिटिव केस 9,06,21,903 ने, और टोटल डेथ 4,87,336 ने ग्लोबली। अमरीका 2,04,77,802 टोटल के जेडे केस ने, और 1,24,483 डेथ्स ने। और इन्हां दे अमेरिकन एक्सपर्ट्स ने कहा सी कि जिस तेजी नाल ये लोकां ने सोशल डिस्टेंसिंग मास्क दा इस्तेमाल ना कीता है, ते ये जेडी डेथ फिगर है हुण 1,80,000 तक जेडी है वो दिती जा रही है, क्योंकि बहुत तेजी नाल केसेस स्प्रेड हो रहे ने। भारत च 4,99,795 टोटल केस ने, और 15,302 मौतां हो चुकियां ने। पाकिस्तान
13वें नंबर ते आए हुण और 1,92,970 टोटल कोरोना पॉजिटिव केस ने और 3,903 जेड़े ने टोटल डेथ्स ने। सो ये अजे दुनिया दे यूरोप दे विच जिथे माड़ी मोटी खुल मिली लोग बीचां ते दौड़े कोई होर उत्थे बहुत ज्यादा केसिस तेजी दे नाल वधे ने और कुछ थावां दे उत्ते रिलैप्स होना शुरू हो गया। सो असीं इही ताकीद करांगे कि भाई जिन्हों अंग्रेजी च कहंदे ने कि बी प्रिवेंशन इज बैटर दैन क्योर, जदों तुसीं शिकार ही हो जांदे हो बीमारी दा फिर तां सारिआं नूं ही वक्त पाउण वाली गल हुंदी है। अगे तां चलो सारा टब्बर तुहाडे सिरहाणे कोल हो के हाल पुछदा है, ये तो बीमारी है कि भी घर आले घर छड़ के दौड़ जाते हैं कि भाई चलो। सो ये फिर रब रब वाली करने वाली गल होंगी है। सो असी सारिआं नूं वैल विशेस भी दिंदे हां कि भाई तंदुरुस्त रहो, नरोए रहो और परहेजगारी करो। जी डॉक्टर साहब, थोड़ा बहुत बहुत शुक्रिया। तुसीं पहले इशू दे उपर बड़े ही वेरवे नाल जानकारी साडे दर्शकां दित्ती है। सो इत्थे लैणे आ ब्रेक। व्यूअर्स, तुसीं सानूं इसी तरह ही बने रहना, मिलदे हां छोटे जिहे ब्रेक तों बाद।